ਲੁਧਿਆਣਾ ਦੇ ਰਾਹੋਂ ਰੋਡ ਤੇ ਸਥਿਤ ਮਿਹਰਬਾਨ ਥਾਣੇ ਨੇੜੇ ਮਲਹੋਤਰਾ ਫੈਬਰਿਕਸ ਦੀ ਇਮਾਰਤ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਇਹ ਅੱਗ ਇੰਨੀ ਭਿਆਨਕ ਸੀ ਕਿ ਪਲਾਂ ਵਿੱਚ 3 ਮੰਜ਼ਿਲ ਇਮਾਰਤ ਅੱਗ ਦੀ ਲਪੇਟ ਵਿੱਚ ਆ ਗਈ। ਫਿਲਹਾਲ ਮੌਕੇ ਤੇ ਪੁੱਜੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਅੱਗ ਤੇ ਕਾਬੂ ਪਾਉਣ 'ਚ ਲੱਗੇ ਹੋਏ ਹਨ। ਅੱਗ ਬਚਾਓ ਅਮਲੇ ਦੇ ਅਫਸਰ ਸ੍ਰਿਸ਼ਟੀਨਾਥ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸਵੇਰੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਜਦੋਂ ਤੱਕ ਘਟਨਾ ਵਾਲੀ ਥਾਂ 'ਤੇ ਗੱਡੀਆਂ ਬੁੱਝੀਆਂ ਉਦੋਂ ਤੱਕ ਪੂਰੀ 3 ਮੰਜ਼ਿਲਾ ਇਮਾਰਤ ਅੱਗ ਦੇ ਹਵਾਲੇ ਹੋ ਚੁੱਕੀ ਸੀ। ਉਹਨਾਂ ਕਿਹਾ ਕਿ 15 ਤੋਂ ਵੱਧ ਗੱਡੀਆਂ ਲੱਗੀਆਂ ਹੋਈਆਂ ਹਨ ਅਤੇ ਸਿਰਫ 25 ਤੋਂ 30% ਅੱਗ ਹੀ ਰਹਿ ਗਈ ਹੈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਅਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਵੀ ਕੋਈ ਖਬਰ ਨਹੀਂ। ਬਣਾਇਆ ਸੀਗਾ ਕਿ ਮਲਹੋਤਰਾ ਫੈਬਰਿਕਸ 'ਤੇ ਅੱਗ ਲੱਗੀ ਹੈ, ਮਿਹਰਬਾਨ ਥਾਣੇ ਦੇ ਅੱਗੇ ਗਲੀ ਦੇ ਵਿੱਚ ਅਸੀਂ ਗੱਡੀਆਂ ਲੈ ਕੇ ਇੱਥੇ ਆਏ ਅਤੇ ਅੱਗ ਬੁਝਾ ਰਹੇ ਹਾਂ। ਠੀਕ ਹੈ, ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਨੇ ਹੁਣ? ਗੱਡੀਆਂ 15 ਲੱਗ ਗਈਆਂ, 15 ਲੱਗ ਗਈਆਂ। ਕਿੰਨੀ ਮੰਜ਼ਲੀ ਬਿਲਡਿੰਗ ਹੈ? ਇਹ ਗਰਾਊਂਡ ਪਲੱਸ 2 ਹੈ, 3 ਮੰਜ਼ਲੀ। ਕਿੰਨੀ ਦੇਰ ਤੱਕ ਅੱਗ ਬੁਝ ਸਕਦੀ? ਕਿੰਨਾ ਕੀ ਲੱਗਦਾ ਕਿਸ ਕਾਰਨ ਲੱਗੀ ਉਹਨੂੰ? ਕੁਛ ਛੋਟ ਕਾਰਨ ਨਹੀਂ ਪਤਾ ਲੱਗਾ ਜੀ ਆਪਾਂ ਨੂੰ ਹਜੇ ਕਿ ਕਾਹਦੇ ਨਾਲ ਲੱਗੀ ਹੈ, ਲੇਕਿਨ ਅੱਗ ਪੂਰੀ ਬਿਲਡਿੰਗ, ਜਦੋਂ ਅਸੀਂ ਆਏ ਹਾਂ ਪੂਰੀ ਬਿਲਡਿੰਗ ਦੇ ਵਿੱਚ ਅੱਗ ਸੀਗੀ ਅਤੇ ਹੁਣ ਤੱਕ ਰਹਿ ਗਈ ਹੈ 25% ਅੱਗ ਰਹਿ ਗਈ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।